ਦੇਖੋ ਸਰਦਾਰ ਰਵਨੀਤ ਸਿੰਘ ਬਿੱਟੂ ਜਾਂ ਦਾ ਮੇਰਾ ਖਿਆਲ ਹੈ ਕਿ ਇੰਨੇ ਨਾ ਸਮਝੀ ਦੇ ਮਾਲਕ ਨੇ ਅਤੇ ਜਾਂ ਇੰਨੇ ਹੁਸ਼ਿਆਰ ਸਮਝਦੇ ਨੇ ਕਿ ਲੋਕ ਉਹਨਾਂ ਨੂੰ ਸਮਝ ਨਹੀਂ ਗਏ। ਪੰਜਾਬ ਦਾ ਮਾਹੌਲ ਕਾਂਗਰਸ ਨੇ ਖਰਾਬ ਕੀਤਾ ਆਪਰੇਸ਼ਨ ਬਲੂ ਸਟਾਰ ਕਰਕੇ, ਅਤੇ ਉਸ ਵੇਲੇ ਇਹ ਕਾਂਗਰਸ ਦੇ ਕਰਿੰਦੇ ਸੀ, ਕੀ ਇਹ ਜ਼ਿੰਮੇਵਾਰ ਨਹੀਂ? ਬਿੱਟੂ ਜੀ ਅੱਜ 40 ਸਾਲ ਬਾਅਦ ਆਪਰੇਸ਼ਨ ਬਲੂ ਸਟਾਰ ਨੂੰ ਕਹਿ ਰਹੇ ਨੇ। ਮੈਂ ਤਾਂ ਇਹਨਾਂ ਨੂੰ ਕਹਿੰਦਾ ਆਪਣੇ ਪਹਿਲਾਂ ਇਹਨਾਂ ਦੇ ਭਰਾ ਭਤੀਜੇ ਜਿਹੜੇ ਕਾਂਗਰਸ ਬੈਠੇ ਉਹਨਾਂ ਤੋਂ ਵੀ ਕਾਬਾਨ ਬਿਆਨ ਦਵਾ ਦੇਣ ਕਿ ਆਪਰੇਸ਼ਨ ਬਲੂ ਸਟਾਰ ਕਾਂਗਰਸ ਦੀ ਦੇਣ ਸੀਗੀ ਜਿਹਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ। ਅਤੇ ਦੂਸਰੀ ਗੱਲ, ਜਿੰਨੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਸਾਰੇ ਸਰਦਾਰ ਬਿਆਨ ਸਿੰਘ ਵੇਲੇ ਹੋਏ, ਜਿਹਦੇ ਕਰਕੇ ਅੱਜ ਉਹ ਪੁਲਿਸ ਅਫਸਰ ਵਿਚਾਰੇ ਸਜ਼ਾਵਾਂ ਭੁਗਤਦੇ ਪਏ ਨੇ, ਕਿਉਂਕਿ ਸਰਦਾਰ ਬਿਆਨ ਸਿੰਘ ਵੇਲੇ ਹੀ ਗੁਰਦੇਵ ਸਿੰਘ ਕੌਂਕੇ ਦਾ ਕਤਲ ਹੋਇਆ ਜਦ ਉਹ ਚੀਫ ਮਿਨਿਸਟਰ ਸੀਗੇ। ਇਹ ਲੋਕ ਕਾਹਦਾ ਕ੍ਰੈਡਿਟ ਲੈਂਦੇ ਨੇ? ਤਿੰਨ ਵਾਰ ਮੈਂਬਰ ਪਾਰਲੀਮੈਂਟ ਦਾ ਰੰਗ ਮਾਣ ਕੇ ਕਾਂਗਰਸ ਦੇ ਸਿਰ ਤੋਂ, ਦਾਦਾ ਜੀ ਮੁੱਖ ਮੰਤਰੀ ਪੰਜਾਬ ਦੇ ਕਾਂਗਰਸ ਦੇ ਸਿਰੋਂ ਬਣ ਕੇ, ਤਾਇਆ ਜੀ ਵਜ਼ੀਰ ਬਣ ਕੇ, ਭੂਆ ਜੀ ਮੰਤਰੀ ਬਣ ਕੇ, ਭਰਾ ਵਜ਼ੀਰ ਬਣਾ ਕੇ, ਛੋਟਾ ਭਰਾ DSP ਬਣ ਕੇ, ਜੇ ਹਲੇ ਵੀ ਭੁੱਖ ਨਹੀਂ ਮਿੱਟੀ ਤਾਂ ਫਿਰ ਇਹਨਾਂ ਦੀ ਭੁੱਖ ਤਾਂ ਰੱਬ ਵੀ ਨਹੀਂ ਲਾ ਸਕਦਾ। ਦੇਖੋ ਜੀ ਇਹ ਇਹਨਾਂ ਦਾ ਤਾਰੀਫ ਦਾ ਤਾਂ ਇਹਨਾਂ ਦਾ ਸੁਣ ਲਓ, ਇਹ ਤਾਂ ਬਿਨਾਂ ਕੰਗਣ ਦੇ ਲੋਟੇ ਨੇ, ਇਹਨਾਂ ਦਾ ਪਤਾ ਹੀ ਨਹੀਂ ਕਦੋਂ ਕੀ ਕਰਦੇ ਨੇ। ਇੱਕ ਵਾਰ 4 ਸਾਲ ਦੇ ਵਿੱਚ ਮੋਦੀ ਸਾਹਿਬ ਨੇ ਮੂੰਹ ਦਿਖਾਇਆ ਪੰਜਾਬ 'ਚ, ਇੱਕ ਵੀ ਕੋਈ ਪ੍ਰੋਜੈਕਟ ਸਾਡਾ ਲੁਧਿਆਣਾ ਹੈ, ਅੰਮ੍ਰਿਤਸਰ, ਜਲੰਧਰ, ਕਿਤੇ ਵੀ ਮੋਦੀ ਸਾਹਿਬ ਇੱਕ ਵੀ ਵਾਰ ਉਹਨਾਂ ਨੇ ਦਰਸ਼ਨ ਦਿੱਤਾ ਪੰਜਾਬ ਨੂੰ। ਹੁਣ ਅੰਦਾਜ਼ਾ ਲਾ ਲਓ ਕਿ ਜਿਹੜਾ ਬਿੱਟੂ ਥੋੜ੍ਹੇ ਦਿਨ ਪਹਿਲਾਂ ਕਹਿੰਦਾ ਸੀਗਾ, ਹੁਣ ਉਹ ਬਿੱਟੂ ਕੀ ਪਤਾ ਨਹੀਂ, ਜਾਂ ਤਾਂ ਕਈ ਦਫ਼ਾ ਇਹ ਹੁੰਦੀ ਹੈ ਦੇਖੋ ਮੈਡੀਕਲ ਪ੍ਰੋਬਲਮ ਆ ਜਾਂਦੀ ਹੈ, ਅਗਲੇ ਪੁਰਾਣੀ ਯਾਦਾਸ਼ਤ ਭੁੱਲ ਜਾਂਦੀ ਹੈ, ਇਹ ਪੁਰਾਣੀਆਂ ਗੱਲਾਂ ਭੁੱਲ ਕੇ ਹੈਂਜੀ, ਅਤੇ ਉਹ ਕਈ ਦਫ਼ਾ ਕੋਈ ਜਰਕ ਲੱਗਦਾ ਹੈਗਾ, ਸੱਟ ਵੱਜਦੀ ਹੈ ਨਾ, ਅਤੇ ਪੁਰਾਣੀਆਂ ਗੱਲਾਂ ਭੁੱਲ ਕੇ ਨਵੀਆਂ ਛੱਡਣ ਲੱਗ ਪੈਂਦੇ ਆ। ਜਾਂ ਤਾਂ ਬਿੱਟੂ ਜੀ ਦਾ ਉਹ ਹਾਲਤ ਹੈ, ਅਤੇ ਹੁਣ ਜੇ ਤੁਸੀਂ ਕੱਲ੍ਹ ਦਾ ਕਹੋ ਵੈਲਕਮ ਹੈ, ਕੋਈ ਵੈਲਕਮ ਸੀਗਾ? ਜਦ ਇਹ BJP ਦੇ ਦਫ਼ਤਰ ਪਹੁੰਚਿਆ ਸਾਰਾ ਜ਼ੋਰ ਲਾ ਕੇ 150 ਬੰਦਾ ਸੀਗਾ, ਜਿਹਦੇ ਜੋ 60 ਪੁਲਿਸ ਵਾਲੇ ਸੀਗੇ, ਲੁਧਿਆਣੇ ਦੀ BJP 3 ਬੰਦੇ ਹੀ ਆ ਸਿਰਫ, ਉਹ ਤਾਂ ਵਿਚਾਰੇ ਮਜਬੂਰੀ ਨੂੰ ਨੌਕਰੀ ਕਰਦੇ ਆ, ਕਿਸੇ ਦਾ BJP ਨੂੰ ਪੁੱਛ ਲਓ ਇਹ ਕੋਈ ਰਾਜੀ ਨਹੀਂ, ਉਹ ਕਹਿੰਦੇ ਸਾਡੇ ਸਿਰ 'ਤੇ ਐਵੇਂ ਲਿਆ ਬਿਠਾਇਆ ਬਗਾਨਾ। ਕੀ ਲੱਗਦਾ ਵਾ ਕਿ BJP 'ਚ ਇਹ ਜਿਹੜੇ ਗਏ ਨੇ, ਇਹ ਇਹਨਾਂ ਨੂੰ ਲੈ ਕੇ ਜਾਣ ਦੇ ਜਿਹੜਾ ਕ੍ਰੈਡਿਟ ਆ ਉਹ ਕਿਹਨੂੰ ਮਿਲਣਾ ਚਾਹੀਦਾ? ਦੇਖੋ ਉਹ ਤਾਂ ਬਿੱਟੂ ਨੂੰ ਤਾਂ ਅਕਾਲੀ ਦਲ ਨੂੰ ਮੱਥਾ ਟੇਕਣਾ ਚਾਹੀਦਾ, ਜੇ ਅਸੀਂ ਸਮਝੌਤਾ ਕਰ ਲੈਂਦੇ ਇਹਨਾਂ ਨੂੰ ਕਿਹਨੇ ਪੁੱਛਣਾ ਸੀ, ਗੋਡੀਆਂ ਦੇ ਭਾਅ ਵੀ ਨਹੀਂ ਸੀ ਪੁੱਛਣਾ, ਇਹ ਤਾਂ ਅਸੀਂ ਉਹਨਾਂ ਨੂੰ ਹੋਸ਼ਤ ਕੀਤੀ ਹੈ, ਅਤੇ ਉਦੋਂ ਬਾਅਦ ਫਿਰ ਉਹ ਇਹਨਾਂ ਦੇ ਮਗਰ ਪਏ ਨੇ। ਹਾਂਜੀ ਨਹੀਂ ਗੱਲ ਨਹੀਂ, ਜੋ ਮੈਨੂੰ ਕੱਲ੍ਹ ਚੰਡੀਗੜ੍ਹ ਪਤਾ ਲੱਗਿਆ ਕਿ ਜਿਸ ਦਿਨ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੀ ਫਲੋਰ 'ਤੇ ਕਿਹਾ ਨਾ ਕਿ ਮੈਂ ਰਾਜਵਾਣੇ ਨੂੰ ਜਿੰਨਾ ਚਿਰ ਮਾਫ਼ੀ ਨਹੀਂ ਮੰਗਦਾ ਛੱਡਣ ਨੂੰ ਤਿਆਰ ਨਹੀਂ ਹੈ, ਉਸੇ ਦਿਨੇ ਜਾ ਕੇ ਅਮਿਤ ਸ਼ਾਹ ਜੀ ਨੂੰ ਮਿਲ ਕੇ ਮੱਥਾ ਟੇਕਿਆ ਅਤੇ ਕਹਿਣ ਲੱਗਾ ਕਿ ਜੀ ਮਨਮੋਹਨ ਸਿੰਘ ਤਾਂ ਉਹਨੂੰ ਛੱਡਣ ਨੂੰ ਫਿਰਦਾ ਸੀ, ਤੁਸੀਂ ਅੱਜ ਸਵਾਦ ਕਰਤਾ, ਮੇਰਾ ਜੋ ਮੁੱਲ ਪਾਉਂਗੇ ਮੈਂ ਲੈ ਲੂੰਗਾ ਜੀ, ਮੈਂ ਤੁਹਾਡਾ ਤਾਬੇਦਾਰ ਹਾਂ। ਇਹ ਉਦੋਂ ਕਹਿ ਸੀ ਪਰ ਉਹ ਕਿਉਂਕਿ ਸਾਡੇ ਨਾਲ ਝਾਕ ਰੱਖਦੇ ਸੀ ਇਸ ਕਰਕੇ ਉਦੋਂ ਗੱਲ ਨਾ ਬਣੀ, ਜਦ ਅਸੀਂ ਫਿਰ ਕਹਿਤਾ ਕਿ ਬਈ ਸਾਡੀ ਤੁਹਾਡੀ ਬਣਨੀ ਨਹੀਂ ਗਈ, ਫਿਰ ਉਹਨਾਂ ਨੂੰ ਆਲੇ ਦੁਆਲੇ ਦਾ ਮਾਲ ਖਰੀਦਣਾ ਪਿਆ, ਅਤੇ ਉਹ ਮਾਲ 'ਚ ਫੋਰ ਸੇਲ ਵਾਲੇ ਸੀ ਜਿਹੜੇ ਪਹਿਲੀ ਲਾਈਨ 'ਚ ਚਲੇ। ਹਾਂ ਹੋਰ ਕਾਹਦੇ ਲਈ, ਜਿਹੜੀ BJP ਦੀ ਘਬਰਾਹਟ ਸੀ ਆ ਜਿਹੜੇ ਸਾਰੇ ਡਿਫੈਕਟਰਾਂ ਨੂੰ ਟਿਕਟਾਂ ਦਿੱਤੀਆਂ, ਦੇਖੋ ਨਹੀਂ ਅਗਲਾ ਆਪਣੇ ਕੇਡਰ ਨੂੰ ਟਿਕਟ ਦਿੰਦਾ, ਇੱਧਰੋਂ ਬੁਲਾਇਆ ਉੱਧਰ ਟਿਕਟ ਦੇ ਦਿੱਤੀ, ਇੱਧਰੋਂ ਬੁਲਾਇਆ ਉੱਧਰ ਟਿਕਟ ਦੇ ਦਿੱਤੀ, 6ਾਂ 'ਚੋਂ 5 ਟਿਕਟਾਂ BJP ਨੇ ਭਗੌੜਿਆਂ ਨੂੰ ਦਿੱਤੀਆਂ ਹੋਈਆਂ ਨੇ। ਸਰ ਤੁਹਾਡੇ ਨਾਲ ਜਦੋਂ ਗੱਠਜੋੜ ਸੀਗਾ ਫਿਰ ਵੀ 2 ਟਿਕਟਾਂ ਤੁਹਾਨੂੰ ਲਈ ਆ ਜਾਂਦੀਆਂ ਸੀਗੀਆਂ, ਹੁਣ ਇਸ ਬਾਰੇ ਕੀ ਕਹਿਣਾ ਚਾਹੁੰਗੇ ਇਸ ਟਿਕਟ ਸਾਨੂੰ ਜੋ ਤੁਹਾਡੇ ਨਾਲ ਗੱਠਜੋੜ ਸੀਗਾ? ਦੇਖੋ ਮੈਂ ਕਹਿੰਦਾ BJP ਖਾਤਾ ਨਹੀਂ ਖੋਲ ਸਕੋ ਪੰਜਾਬ 'ਚ, ਇੰਨੀ ਗੱਲ ਹੈ ਤੁਹਾਨੂੰ ਸਪਸ਼ਟ ਕਰ। ਠੀਕ ਹੈ, ਅਤੇ ਦੂਜਾ ਹੁਣ
ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਔਰ ਕਾਂਗਰਸ ਸਾਰੇ ਇੱਕ ਥਾਲੀ 'ਚ ਇਕੱਠੇ ਹੋ ਰਹੇ ਨੇ। ਇਹ ਹੋਣਗੇ ਜੀ, ਮਜਬੂਰੀ ਹੈ ਇਹਨਾਂ ਦੀ, ਇਹਨਾਂ ਦਾ ਸਰਨਾ ਨਹੀਂ ਇੱਕ ਦੂਜੇ ਬਿਨਾਂ। ਛੋਟੇ ਚੋਰ ਕੋ ਬੜਾ ਚੋਰ, ਬੜੇ ਚੋਰ ਕੋ ਛੋਟਾ ਚੋਰ, ਸਾਰੇ ਇਕੱਠੇ ਹੋਣਗੇ। ਕਿਉਂਕਿ ਹੁਣ ਮੈਂ ਕੋਈ ਗੱਲ ਪੁੱਛਦਾ, ਮਾਨ ਸਾਹਿਬ ਨੇ ਜਦ ਇੱਥੇ ਕਹਿੰਦੇ ਸੀਗੇ ਕਿ ਚੋਰ ਫੜ ਲਏ ਵੱਡੇ, ਉਹਨਾਂ ਦੇ ਖਿਲਾਫ਼ ਹਲੇ ਕਿਸੇ ਅਦਾਲਤ ਦਾ ਫੈਸਲਾ ਤਾਂ ਨਹੀਂ ਆਇਆ ਨਾ, ਕਿਸੇ ਦਾ ਕੋਈ ਫੈਸਲਾ ਤਾਂ ਨਹੀਂ। ਪੁਲਿਸ ਦੀ ਤਫਤੀਸ਼ ਹੀ ਹੈ ਨਾ, ਉਹਦੇ ਬੇਸੇ 'ਤੇ ਕਹਿੰਦੇ ਆ, ਅਤੇ ਉੱਥੇ ED ਕਹਿ ਰਹੀ ਹੈ, ਉੱਥੇ ਕਹਿੰਦੇ ਉਹ ਬੇਗੁਨਾਹ ਹੈਗੇ, ਆਪ ਹੀ ਜੱਜ ਬਣ ਜਾਂਦੇ ਆ, ਆਪ ਹੀ ਵਕੀਲ ਬਣ ਜਾਂਦੇ ਆ, ਆਪ ਹੀ ਮਦਈ ਬਣ ਜਾਂਦੇ, ਆਪ ਹੀ ਮੁਲਜ਼ਮ ਨੂੰ ਬਰੀ ਕਰ ਦਿੰਦੇ ਨੇ। ਇਹੋ ਜਿਹੀ ਰਾਜਨੀਤੀ ਕਿਤੇ ਠੀਕ ਹੈ? ਮੈਂ ਤਾਂ ਇੱਕ ਗੱਲ ਦਾ ਲੋਕ ਸਵਾਲ ਪੁੱਛਣਗੇ ਕਿ 9 ਦਫ਼ਾ ਕੇਜਰੀਵਾਲ ਸਾਹਿਬ ਨੇ ਸਭਨਾ ਤੋਂ ਭੱਜੇ ਕਿਉਂ? ਬਸ ਜੇ ਕੋਈ ਗੁਨਾਹ ਨਹੀਂ ਸੀਗਾ ਤਾਂ ਫਿਰ ਭੱਜੇ ਕਿਉਂ? ਬਸ ਇਸ ਗੱਲ ਦਾ ਜਵਾਬ ਦੇ ਦੇ। ਅਤੇ ਹੁਣ ਮੈਨੂੰ ਬੜੇ ਹਾਸੇ ਹੋਣੀ ਗੱਲ ਲੱਗੀ, ਕਹਿੰਦੇ ਸੰਜੇ ਸਿੰਘ ਦੀ ਜਮਾਨਤ ਹੋ ਗਈ, ਸਾਡੀ ਜਿੱਤ ਹੋ ਗਈ। ਜੇ ਅਸੀਂ ਕਹਿੰਦੇ ਹਾਂ ਕਿ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਕਰਨ ਲੱਗੇ, ਹਾਈਕੋਰਟ ਨੇ ਲਿਖਤਾ ਕਿ ਝੂਠਾ ਕੇਸ ਹੈ, ਇਹ ਤਾਂ ਨਹੀਂ ਲਿਖਿਆ ED ਨੇ ਕਿ ਝੂਠਾ ਕੇਸ ਹੈ, ਇਹਦੇ 'ਚ ਤਾਂ ED ਨੇ ਕਿਹਾ ਮੈਨੂੰ ਇਤਰਾਜ਼ ਕੋਈ ਨਹੀਂ ਜੇ ਜਮਾਨਤ ਲੈ ਲਈ ਜਾਵੇ। ਸਾਡੇ ਵਾਲੇ ਬਿਕਰਮ ਸਿੰਘ ਮਜੀਠੀ ਵਾਲੇ 'ਚ ਲਿਖਿਆ ਕਿ ਇਹ ਝੂਠਾ ਕੇਸ ਹੈ, ਗਵਾਹ ਝੂਠੇ ਨੇ, ਉੱਥੇ ਕਹਿੰਦੇ ਹਲੇ ਜਮਾਨਤੀ ਹੋਈ ਹੈ, ਹਲੇ ਤਾਂ ਟ੍ਰਾਇਲ ਚੱਲਣੀ ਹੈ। ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਕਿ ਕਿਹੜੇ ਕਾਨੂੰਨ ਦੀ ਕਿਤਾਬ ਪੜ੍ਹ ਕੇ ਬਿਆਨ ਦਿੰਦੇ ਨੇ। ਸਰ ਜਿੰਨਾ ਕਿ ਵੋਟਾਂ ਆਉਣ ਵਾਲੀਆਂ ਨੇ ਅਤੇ ਜਿਹੜੇ ਲੀਡਰ ਹੁੰਦੇ ਨੇ ਇੱਕ ਪਾਰਟੀ ਛੱਡ ਦੂਜੇ ਪਾਰਟੀ ਵਿੱਚ ਜਾਂਦੇ ਰਹਿੰਦੇ ਨੇ, ਕੰਟੀਨਿਊਸਲੀ ਹੋ ਰਿਹਾ, ਲੋਕ ਕੀ ਸੋਚਦੇ ਨੇ, ਤੁਹਾਨੂੰ ਕਹਿੰਦਾ ਲੋਕਾਂ ਦਾ ਵਿਸ਼ਵਾਸ ਨਹੀਂ ਡੋਲਦਾ, ਲੋਕ ਕੀ ਕਹਿਣਗੇ ਆਉਣ ਵਾਲੇ? ਦੇਖੋ ਭਗੌੜੇ ਜਾਂਦੇ ਨੇ ਜਿਹੜੇ ਸਿਧਾਂਤਕ ਲੋਕ, ਉਹ ਜੇ ਕਦੇ ਪਾਰਟੀ ਨਾਲ ਕੋਈ ਫਰਕ ਵੀ ਪੈ ਜਾਵੇ ਘਰ ਬੈਠ ਜਾਣਗੇ, ਪਰ ਕਦੇ ਦੂਸਰੇ ਦੇ ਵਿਹੜੇ ਨਹੀਂ ਚੜ੍ਹਦੇ। ਇਹ ਲੋਕ ਨਾ ਲੀਡਰ ਨੇ, ਅਪਰਚੂਨਿਸਟ ਨੇ, ਮੌਕਾ ਪ੍ਰਸਤ ਲੋਕ ਨੇ, ਇਹਨਾਂ ਨੂੰ ਲੀਡਰ ਕਹਿਣਾ ਲੀਡਰ ਦੀ ਤੋਹੀਨ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X ਔਰ WhatsApp ਚੈਨਲ ਪਰ।